ਬਾ ਮਰ ਮੈਂ ਜੀ ਸੋਣਾ ਚਾਲੇ ਅੰਨ੍ਯਾ ਆਪੇ ਸੱਤ ਨੱਕ ਦਿੰਦੀ ਆਪੇ ਠੀਕ ਹੋ ਦਿੰਦੀਆਂਗੇ ਆਪੇ ਸੱਤ ਲਾ ਹਾਂਜੀ ਆਪੇ ਸੱਤ ਨੱਕ ਦਿੰਦੀ ਬਿਲਕੁਲ ਸੱਤ ਆਹ ਸੱਤਾ ਦਾ ਮੈਂ ਕੰਮ ਬੰਦਾ ਮੈਂ ਕਹਿੰਦ ਨਹੀਂ ਕੋਈ ਮੈਂ ਉਸ ਬੰਦੇ ਨੂੰ ਮੂੰਹ ਨਹੀਂ ਨਾ ਜਿਹਦਾ ਸਟੈਂਡ ਨਹੀਂ ਕੋਈ ਪੰਜਾਬ ਦੀ ਮਾਂ ਬੁਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜੀ ਨੋਂਦੇ ਆ ਵੀ ਇਹ ਪੰਜਾਬਵਾ ਅੰਗਰੇਜ਼ ਨਹੀਂ ਕੋਈ ਦੇ ਬਮਾਈ ਹੈ ਨਹੀਂ ਕੋਈ ਜਮਾਨਦਊਆ ਕੋਈ ਇਹਦੀ ਬਮਾਈ ਹੈ ਨਹੀਂ ਕੋਈ ਅੰਦਰ ਸੀ ਬੇ ਬੇ ਬਾਪ ਨੂੰ ਬੜੀ ਖੁਸ਼ੀ ਮਿਲਦੀ ਹੈ ਇੰਨੇ ਜੋ ਗਏ ਨਹੀਂ ਚ ਪਾ ਕੰਨ ਦਿਓ ਕੰਦਰ ਸਤਾਦਾਈ ਪੋਟਾ ਬੱਬਾ ਸਿਆਂ ਦੇ ਗੱਡੜਾ ਟੋਂਡਾ ਕਿੱਥੇ ਦੱਦੇ ਆ ਅਸੀਂ ਮਿੱਤਰਾ ਗੱਡੜਾਂ ਦੇ ਮੂੰਹ ਬੰਦ ਕਰਦੇ ਆ ਸੱਚੇ ਬੰਦੇ ਦੇ ਗਾੜੀ ਬੰਦੇ ਬੜੇ ਣਰੋੜੇ ਆ ਮਤਾਂ ਹੀ ਸੱਚੇ ਗੱਲ ਮੂੰਹ ਤੇ ਕਦੇ ਤਾਈਆਂ ਨਗਰੇ ਕੋੜੇ ਆ ਤਾਈਆਂ ਨਗਰੇ ਕੋੜੇ ਗ੍ਰੇਟ ਪੰਜਾਬ ਵੇਖ ਰਹੇ ਸਾਇਦਸ਼ਕਦਰ ਮੈਂ 소ਨੀਆ ਬਹੁਤ ਬਹੁਤ ਸਵਾਗਤ ਕਰਦੀ ਆਂ ਦਰਸ਼ਕੋ ਅੱਜ ਤੁਹਾਨੂੰ ਇੱਕ ਦੁਨੀਆ ਦੇ ਇੱਕ ਅਨੋਖੇ ਬੱਚੇ ਨਾਲ ਮਿਲਾਉਣ ਜਾ ਰਹੇ ਆਂ ਜੀहां ਮੈਂ ਗੱਲ ਕਰ ਰਹੀ ਆਂ ਇੱਕ ਐਸੇ ਬੱਚੇ ਦੀ ਜਿਸ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਪਰ ਫਿਰ ਆਪਣੇ ਆਪ ਹੀ ਜੁੜ ਜਾਂਦੀਆਂ ਆਂ ਤੁਹਾਨੂੰ ਇਹ ਸੁਣਨ 'ਚ ਜਿਹੜਾ ਆ ਅਜੀਬ ਲੱਗ ਰਿਹਾ ਹੋਏਗਾ ਕਿ ਇਹ ਕਿਸ ਤਰ੍ਹਾਂ ਪੋਸੀਬਲ ਹੈ ਪਰ ਮੈਂ ਤੁਹਾਨੂੰ ਰੂਬਰੂ ਕਰਵਾਵਾਂਗੀ ਇੱਕ ਐਸੇ ਬੱਚੇ ਨਾਲ ਜਿਸ ਦੇ ਅੰਦਰ ਜਿਹੜੀ ਆ ਪੰਜਾਬ ਦੀ ਸ਼ਾਇਰੀ ਤੇ ਗੀਤ ਨਾਲ ਉਹਦੀ ਜਿਹੜੀ ਦੁਨੀਆ ਭਰੀ ਹੋਈ ਹੈ ਉਹਦੇ ਅੰਦਰ ਬਹੁਤ ਟੈਲੈਂਟ ਹੈ ਬਹੁਤ ਜ਼ਿਆਦਾ ਮਤਲਬ ਉਹਦੇ ਉਹਨੇ ਆਪਣੇ ਪੰਜਾਬ ਦੇ ਨਾਲ ਬਹੁਤ ਪਿਆਰ ਹੈ ਇਸ ਦੀ ਸੋਚ ਨੂੰ ਵੀ ਸਾਨੂੰ ਸਲਾਮ ਕਰਨਾ ਪਏਗਾ ਅਖੀਰ ਤੇ ਇਸ ਨਾਲ ਗੱਲਬਾਤ ਕਰਕੇ জানਾਂਗੇ ਕੀ ਹੋਇਆ ਸੀ ਕਿਸ ਤਰ੍ਹਾਂ ਇਸ ਨੂੰ ਇਹ ਬਿਮਾਰੀ ਕੀ ਸੀਗੀ ਕੀ ਕਾਰਨ ਸੀਗਾ ਤੇ ਇਹਦੇ ਕੋ ਕੁਝ ਪਿਆਰੀਆਂ ਪਿਆਰੀਆਂ ਸ਼ਾਇਰੀਆਂ ਵੀ ਸੁਣਾਗੇ ਜੀ ਸਰ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਤੁਹਾਨੂੰ ਲੱਗਦਾ ਹੈ ਤੁਹਾਡੇ ਬਤਿਹਵਾ ਇਹ ਤੁਹਾਨੂੰ ਮੈਂ ਇੰਟਰਵਿਊ ਨਾ ਨਿਪਟਿਆ ਜਿਹੜੇ ਮੈਨੂੰ ਚੌਂਦੇ ਆ ਇਹਨਾਂ ਸਪੋਰਟ ਦੇਂਦੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਨਾ ਚਾਹੁੰਦੀ ਜੀ ਸਭ ਤੋਂ ਪਹਿਲਾਂ ਤੁਹਾਡੀ ਜਾਨਣਾ ਚਾਹਾਂਗੇ ਕਿ ਉਮਰ ਹੈ ਤੁਹਾਡੀ ਮੇਰੀ ਮੈਂ ਮੈਂ ਜੀ ਸੋਨਾ ਚਾਲ ਦੇ 16 ਸਾਲ 16 ਸਾਲ ਦੀ ਉਮਰ 'ਚ ਮਤਲਬ ਤੁਹਾਨੂੰ ਆ ਆਪਾਂ ਸੁਣਿਆ ਸੀਗਾ ਕਿ ਤੁਹਾਡੀਆਂ ਜੜੀਆਂ ਨਾ ਹੱਡੀਆਂ ਟੁੱਟ ਜਾਂਦੀਆਂ ਨੇ ਤਾਂ ਆਪਣੇ ਆਪ ਜੁੜ ਜਾਂਦੀਆਂ ਨੇ ਕੀ ਇਹ ਸੱਚ ਹੈ ਹਾਂਜੀ ਇਹ ਬਿਲਕੁਲ ਸੱਚਾ ਹੈ। ਇਹ ਨੇ ਆਪੇ ਸਤਨਾ ਗੱਦੰਡੀ ਆਪੇ ਠੀਕ ਹੋ ਦਿੰਦੀਆਂਗੇ। ਆਪੇ ਸੱਚ ਲੱਗਦੀ। ਹਾਂਜੀ ਆਪੇ ਸਤਨਾ ਗੱਦੰਡੀ ਬਿਲਕੁਲ ਸੱਚਾ। ਜੀ ਤੇ ਆਪਾਂ ਵੇਖ ਸਕਦੇ ਆ ਇਹ 16 ਸਾਲ ਦੀ ਉਮਰ ਹੈ ਪਰ ਇਹਨਾਂ ਦੀ ਜਿਹੜੀ ਇਹ ਸਰੀਰ ਤੋਂ ਇੰਨੇ ਜਿਹੜੇ ਨੇ ਉਹ ਨਹੀਂ ਹੈਗੇ ਪਰ ਇਹਨਾਂ ਦੀ ਜਿਹੜੀਆਂ ਜਿਹੜੀਆਂ ਇਹਨਾਂ ਦੀ ਗੱਲਾਂ ਬਹੁਤ ਪਿਆਰੀਆਂ ਨੇ। ਆਪਾਂ ਪਹਿਲਾਂ ਵੀ ਵੇਖੀ ਇਹਨਾਂ ਦੀ ਜਿਹੜੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਤੇ ਆਪਾਂ ਨਾਲ ਹੋਰ ਜਿਹੜੀਆਂ ਗੱਲਬਾਤ ਕਰਾਂਗੇ ਤੇ ਥੋੜੀ ਜਿਹੀ ਸ਼ਾਇਰੀ ਸੁਣਾਓਗੇ ਆਪਣੀ? ਹਾਂਜੀ ਸੁਣਾ ਦਨੇ ਆ। ਅਸ ਸ਼ਤਤਾ ਦਾ ਮੈਂ ਕਾਮ ਬੰਦਾ ਮੈਂ ਕਹਿੰਦ ਨਹੀਂ ਕੋਈ ਮੈਂ ਉਸ ਬੰਦੇ ਨੂੰ ਮੂੰਹ ਨਹੀਂ ਨਾ ਜਿਹਦਾ ਸ਼ਤੈਨ ਨਹੀਂ ਕੋਈ ਪੰਜਾਬ ਦੀ ਮਾਂ ਬੁਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜੀ ਨੁੰਡੇ ਆ ਵੀ ਇਹ ਪੰਜਾਬਵਾ ਅੰਗਲੈਂਡ ਨਹੀਂ ਕੋਈ ਇਹ ਪੰਜਾਬਵਾ ਅੰਗਲੈਂਡ ਨਹੀਂ ਕੋਈ ਕੀ ਬਾਤ ਹੈ ਮਤਲਬ ਐਨੀ ਉਮਰ ਜਿਤਹੀ ਆਪਣੇ ਆਪ ਦਾ ਸ਼ੌਂਕ ਆ ਇਨਾਂ ਕੀ ਸ਼ਾਇਰੀਆਂ ਲਿਖਣਾ ਹਾਂਜੀ ਪੜਾ ਕੀ ਮੈਂ ਪੈਨੋਂ ਨਿਖੜਾਂ ਗਾਣੇ ਤੇ ਗਾਣਿਆਂ ਚ ਮੈਂ ਕੋਨਾ ਇਹੋ ਜਿਹਾ ਗੰਨੂ ਨਹੀਂ ਸੀ ਮੇ ਕੋ ਪਹਿ ਪੁਹੇ ਹਨ ਇੰਗਲਿਸ਼ੀ ਬੀਚ ਥੋੜੀ ਜਿਹੀ ਘੱਟ ਫਿਰ ਮੈਂ ਕਿ ਸੋ ਮੈਂ ਸੋਚਿਆ ਮੈਂ ਕਿ ਸੈਨ ਬੰਦਮ ਜਿੰਦਗੀ ਚ ਕੋਈ ਨਾ ਕੋਤੇ ਮੈਂ ਕੰਮ ਕਰਾਂਗਾ ਕਾਸ਼ ਕਰਾਂ ਮੈਂ ਫਿਰ ਮੈਂ ਛੋਟਿਆ ਤੇ ਬਾਪੂ ਨੇ ਵੀ ਮੈਨੂੰ ਸਾਹ ਦਿੱਤਾ ਮਾਤਾ ਜੀ ਨੇ ਦਿੱਤਾ ਤੇ ਫਿਰ ਮੈਂ ਸੈਨ ਬੰਦ ਸ਼ਾਇਦ ਤੁਸੀਂ ਇਸ ਤਰ੍ਹਾਂ ਨਹੀਂ ਲਿਖਦੀਆਂ ਪੰਜਾਬ ਦੇ ਜਿਹੜੀ ਪੰਜਾਬ ਦੇ ਰਿਲੇਟਿਡ ਆ ਪੰਜਾਬ ਨੂੰ ਉਚਾਹਿਤ ਕਰਨ ਵਾਸਤੇ ਹੀ ਲਿਖ ਦਿਓ ਹਾਂ ਜੀ ਮੈਂ ਨਛੇ ਪੱਤੇ ਤੇ ਨਿਕਦਾ ਮਾਂ ਜਾਂ ਮੈਂ ਨਿਕਦਾ ਹਣਾਤਾ ਤੇ ਜਿਹਦਾ ਪੰਜਾਬ ਤੇ ਨਿਕਦਾ ਮਾਂ ਜਿੱਦਾਂ ਮੋਲ ਚ ਨੰਡਿਆ ਮੈਂ ਉਸਾ ਬਣ ਨਿਕੰਦਿਆ ਕੀ ਮਤਲਬ ਮੈਂ ਪੁੱਛਣਾ ਚਾਹਾਂਗੀ ਬਿਮਾਰੀ ਕੀ ਹੋਈ ਸੀਗੀ ਕਿ ਬਚਪਨ ਤੋਂ ਹੀ ਇਹ ਬਿਮਾਰੀ ਸੀਗੀ ਤੇ ਇਹਦਾ ਕੋਈ ਇਲਾਜ ਨਹੀਂ ਹੋਇਆ ਤੁਹਾਡਾ ਤੇ ਕੀ ਕੀ ਦਿੱਕਤਾਂ ਵੀ ਆਉਂਦੀਆਂ ਨੇ ਇਹ ਨਾ ਬਚਪਨ ਤੋਂ ਜੇ ਮੈਡਮ ਜੀ ਮੈਨੂੰ ਨਹੀਂ ਪਤਾ ਮੈਂ ਬਟੇ ਪੰਪਰ ਸੂਟ ਨੂੰ ਹੀ ਦਵਾ ਇਹਦਾ ਨਾਜ ਬਹੁਤ ਕਰਾਇਆ ਪਰ ਡਾਕਟਰਾਂ ਨੇ ਕੁਝ ਕੁ ਜਵਾਬ ਦਿੱਤਾ ਇਹ ਚੀਜ਼ ਦਾ ਨਾਜ ਨਹੀਂ ਹੈਗਾ ਨਹੀਂ ਹੈਗਾ ਇਲਾਜ ਨਹੀਂ ਹੈਗਾ ਇਹਦਾ ਨਹੀਂ ਨਾਜ ਨਹੀਂ ਤੇ ਦੱਸਿਆ ਵੀ ਨਹੀਂ ਕੋਈ ਕੀ ਬਿਮਾਰੀ ਹੈ ਨਹੀਂ ਉਹ ਅੰਦਰ ਬਿਮਾਰੀ ਹੈ ਨਹੀਂ ਕੋਈ ਜਮਾਂਦੂਆ ਕੋਈ ਇਹਦੀ ਬਿਮਾਰੀ ਹੈ ਨਹੀਂ ਕੋਈ ਅੰਦਰ ਛਿ ਆਪਾਂ ਵੇਖ ਸਕਦੇ ਆ ਪਰ ਅੱਜ ਵੀ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਤੁਹਾਡੇ ਅੰਦਰ ਉਹੀ ਉਤਸ਼ਾਹ ਹੈ ਕੁਝ ਕਰ ਦਿਖਾਉਂਦਾ ਆਪਣੇ ਪੰਜਾਬ ਲਈ ਆਪਣੇ ਜਿਹੜੀ ਸਾਡੇ ਸੱਭਿਆਚਾਰ ਨਾਲ ਜੁੜੀਆਂ ਤੁਸੀਂ ਚੀਜ਼ਾਂ ਲਿਖਦੇ ਹੋ ਸ਼ਾਇਰੀਆਂ ਲਿਖਦੇ ਹੋ ਤੇ ਇੱਕ ਇੱਕ ਕੋਈ ਇਹੋ ਜਿਹੀ ਸ਼ਾਇਰੀ ਸੁਣਾਓ ਸਾਡੇ ਜਿਹੜੀ ਪੰਜਾਬ ਚ ਜਿਹੜੀ ਨਸ਼ੇ ਵਧ ਰਹੇ ਨੇ ਹੈ ਨਾ ਉਸ ਦੇ ਰਿਲੇਟਿਡ ਕੋਈ ਹਾਂਜੀ ਨਸ਼ੇ ਤਾਂ ਮੈਂ ਸਮਝਾਉਣਾ ਹੈ ਕਿੰਦਾ ਥੋੜੇ ਸਮੇਂ ਤੇ ਬਦਲ ਗਈ ਪੰਜਾਬ ਦੀ ਚਾਲ ਉਹ ਜਦੋਂ ਆ ਗਿਆ ਅਮਿਤਪਾਲ ਬੱਚਾ ਬੱਚਾ ਹੋ ਗਿਆ ਉਹਦੇ ਨਾਲ ਐ ਸਾਈ ਨੂੰ ਬਿਆਨ ਕਰਦਾ ਤੁੰਗਾ ਨਾ ਗੋਪਾਲ ਤੁੰਗਾ ਨਾ ਗੋਪਾਲ ਹਾਂ ਜੀ ਕੌਣ ਤੁਹਾਨੂੰ ਸਭ ਤੋਂ ਜ਼ਿਆਦਾ ਮਤਲਬ ਸਪੋਰਟ ਕਰਦਾ ਹੈ ਇਹ ਚੀਜ਼ਾਂ ਕਰਨ ਵਾਸਤੇ ਤੁਹਾਡੇ ਘਰ ਦੇ ਮੈਂਬਰ ਸਾਰੇ ਸਪੋਰਟ ਕਰਦੇ ਨੇ ਹਾਂ ਜੀ ਸਾਰੇ ਸਪੋਰਟ ਕਰਨਦੇ ਸਾਈ ਕੰਦੇ ਬਹੁਤ ਵਧੀਆ ਨਰਚ ਕਰਦੇ ਤੇ ਤੁਹਿਆਂ ਸਾਈ ਨੂੰ ਮਾਤਾ ਨੂੰ ਵੀ ਖੁਸ਼ੀ ਮਿਲਦੀ ਬਾਪੂ ਨੂੰ ਵੀ ਖੁਸ਼ੀ ਮਿਲਦੀ ਦੋ ਇੰਤਰੀ ਵੀ ਆਪਣੀਆਂ ਪੰਨੀਆਂ ਹੋਈਆਂ ਤੁਈ ਵੀ ਆਈ ਜੇ ਬੇਬੇ ਬਾਪੂ ਨੂੰ ਬੜੀ ਖੁਸ਼ੀ ਮਿਲਦੀ ਹੈ ਇੰਨੇ ਜੋ ਗਏ ਨਹੀਂ ਚਪ ਕੰਦੇ ਆ ਤੇ ਆ ਮੈਂ ਵੇਖ ਰਹੀ ਆ ਪੱਟੀ ਕਿਸ ਚੀਜ਼ ਦੀ ਕਿਦਾਂ ਮਤਲਬ ਤੁਹਾਡੀ ਫੇਰ ਹੋਇਆ ਸੀਗੀ ਹੱਡੀ ਟੁੱਟ ਜਗੀ ਸੀ ਕਿਸ ਤਰ੍ਹਾਂ ਹੋਇਆ ਸੀਗਾ ਮਤਲਬ ਚੱਕਣ ਲੱਗੇ ਟੁੱਟ ਜਾਂਦੀ ਹੈ ਤੁਸੀਂ ਤੋਰ ਨਹੀਂ ਪਾਉਂਦੇ ਕਿਸ ਤਰ੍ਹਾਂ ਫਿਰ ਇਹ ਚੀਜ਼ ਦਰਦ ਕਿੰਨੀ ਹੁੰਦੀ ਹੈ ਇਹ ਨਾ ਮੈਂ ਕਿਤੇ ਸੁੱਤਾ ਹੀ ਤਾਂ ਰਾਤ ਨੂੰ ਸੁੱਤੇ ਤਾਂ ਮੈਂ ਆਪਣਾ ਪੈਟੇ ਪਾ ਪੈ ਗਿਆ ਤਾਂ ਪੈਦੀ ਹੱਡੀ ਕੋਇਕ ਹੋ ਗਈ ਤੇ ਮੈਂ ਬਣਾਈ ਸੀ ਇਥੇ ਲੱਗੇ ਬਾਬਾ ਜੀ ਆਇ ਕੋਨਾ ਕ ਬਣਾਈ ਸੀ ਹਰ ਦਿਨ ਆ ਮਿਲਦੇ ਆ ਤੇ ਉਹ ਹੁਣ ਟੁੱਟਦਾ ਹੁਣ ਤੇ ਪੱਕਾ ਵਾ ਤਾਂ ਆਪੇ ਟੁੱਟ ਜਾਂਦੀਆਂ ਆਪੇ ਜੁੜ ਜਾਂਦੀਆਂ ਜੀ ਆਪੇ ਟੁੱਟ ਜਾਂਦੀ ਆਪੇ ਜੁੜ ਜਾਂਦੀ ਹਾਂ ਜੀ ਮਤਲਬ ਇਹ ਪੱਟੀ ਕਰਨ ਨਾਲ ਫਿਰ ਆਪੇ ਹਾਂਜੀ ਹਾਂਜੀ ਤੇ ਮੈਂ ਇਹ ਪੁੱਛਣਾ ਚਾਹਾਂਗੀ ਕਿ ਸ਼ਾਇਰੀਆਂ ਦਾ ਤੇ ਗੀਤਾਂ ਦਾ ਇਸ ਤਰ੍ਹਾਂ ਸ਼ੌਂਕ ਪਿਆ ਬੈਠੇ ਬੈਠੇ ਤੁਸੀਂ ਆਪਣੀ ਤੁਸੀਂ ਵੇਖ ਸਕਦੇ ਹੋ ਦਰਸ਼ਕੋ ਇਹ ਨਾ ਛੋਟੀ ਜੀ ਪਿਆਰੀ ਜੀ ਕਾਪੀ ਚ ਜਿਹੜੀ ਆਪਣੀ ਪੂਰੀ ਸ਼ਾਇਰੀ ਲਿਖਦੇ ਨੇ ਮੈਂ ਤੁਹਾਨੂੰ ਵਿਖਾ ਦਵਾ ਆ ਸਾਰੀਆਂ ਸ਼ਾਇਰੀਆਂ ਨੇ ਹਾਂਜੀ ਇਹ ਸ਼ਾਇਰੀਆਂ ਨੇ ਕੀ ਬਾਤ ਹੈ ਮਤਲਬ ਇੱਥੇ ਬੈਠੇ ਬੈਠੇ ਜਿਹੜੀ ਇਹ ਇਹਨਾਂ ਨੂੰ ਇੱਕ ਜਿਹੜੀ ਪਰਮਾਤਮਾ ਵੱਲੋਂ ਜਿਹੜੀ ਦਿੱਤੀ ਗਈ ਹੈ ਇੱਕ ਦਿਨ ਕਿ ਤੂੰ ਸ਼ਾਇਰੀਆਂ ਲੇਖ ਗੀਤ ਲੇਖ ਇਹ ਆ ਬੈਠੇ ਬੈਠੇ ਜਿਹੜੇ ਇਹ ਲਿਖਦੇ ਰਹਿੰਦੇ ਨੇ ਸਕੂਲ ਵੀ ਜਾਂਦੇ ਹੋ ਕਿ ਨਹੀਂ ਸਕੂਲ ਨਹੀਂ ਇੱਥੇ ਸ਼ਾਇਰੀ ਹੀ ਲਿਖਦੇ ਮੈਂ ਨਾ ਮੈਡਮ ਜੀ ਸਕੂਲ ਜੂ ਦਣਾ ਏ ਉਠੇ ਨਾ ਨਿਆਣੇ ਕਰਦੇ ਸਵਾ ਤਾਂ ਤੇ ਮੈਂ ਸੱਤ ਨਾ ਲੱਗ ਜੇ ਮੈਂ ਦੱਦਾਂ ਨਹੀਂ ਹੈ ਅੱਛਾ ਦੱਦੇ ਨਹੀਂ ਜਾਂਦਾ ਹਾਂਜੀ ਤੇ ਬਾਕੀ ਮੈਂ ਹੁਣ ਤਿੰਨ ਕਾਪੀਆਂ ਮਈਆਂ ਸਾਈਆਂ ਦੀਆਂ ਭਈਆਂ ਵਾਂ ਤੇ ਮੈਂ ਆਪਣੇ ਆਪ ਹੀ ਜੋੜ ਦਵਾਂ ਆਪੇ ਨਿਕ ਤੇ ਆਪੇ ਪਾਉਣਾ ਆਪੇ ਲਿਖਾਂ ਫਿਰ ਹਾਂਜੀ ਆਪੇ ਪਾਉਨੇ ਆਂ ਕਿਆ ਮਤਲਬ ਹੈਗੀ ਆ ਅੰਦਰ ਚਾਹ ਹੈਗੀ ਕਿ ਮੈਂ ਸਕੂਲ ਜਾਵਾਂ ਪਰ ਸਕੂਲ ਜਾਣ ਦਾ ਡਰ ਹੈ कि ਮੇਰੀ ਕਿਤੇ ਫੇਰ ਉਹੀ ਜਿਹੜੀ ਦਿੱਕਤ ਨਾ ਆਵੇ ਸਰੀਰ ਦੀ ਜਿਹੜੀ ਹੱਡੀ ਉਹ ਦੀ ਨਾ ਖਰਾਬ ਹੋਵੇ ਇਸ ਕਾਰਨ ਇਹ ਬੱਚਾ ਜਿਹੜਾ ਸਕੂਲ ਨਹੀਂ ਜਾ ਪੰਦਾ ਪਰ ਮੈਂ ਇਹੀ ਕਹਿਣਾ ਚਾਹਾਂਗੀ ਇਹਦੇ ਅੰਦਰ ਇਹਨਾਂ ਜੋਸ਼ ਹੈ ਇਹਨਾਂ ਮਤਲਬ ਇਹਨਾਂ ਦਾ ਟੈਲੈਂਟ ਹੈ ਗਏ ਕੁਝ ਲਿਖਣ ਦਾ ਤੁਸੀਂ ਵੇਖਸੋ ਦੀ ਨੇ ਸ਼ਾਇਰੀਆਂ ਇਹ ਤੁਸੀਂ ਖੁਦ ਲਿਖਦੇ ਹੋ ਬੋਲ-ਬੋਲ ਕੇ ਹਾਂਜੀ ਮੈਂ ਖੋੜੇ ਹੀ ਲਿਖਦਾ ਤੇ ਖੋੜੇ ਹੀ ਬੋਲਾਂਗੇ ਹਾਂਜੀ ਕੋਈ ਫੇਰ ਸੁਣਾ ਦਿਓ ਫਿਰ ਸਹੀ ਮੈਂ ਸੁਣੂਣਾ ਹਾਂ ਹੂੰ ਕੰਡਾ ਸਤਾਦਾ ਇਪੋਟ ਬੱਬਾ ਸਿਆਂ ਦੇ ਗੱਡੜਾ ਟੋਡਾ ਸਿੱਖਿਥੇ ਦੱਦੇ ਆ ਅਸੀਂ ਮਿੱਤਰਾ ਗੱਡੜਾਂ ਦੇ ਮੂੰਹ ਬੰਦ ਕਰਦੇ ਆ ਸੱਚੇ ਬੰਦੇ ਦੇ ਗਾੜੀ ਬੰਦੇ ਬੜੇ ਡਰੋੜੇ ਆ ਮਿੱਤਰਾ ਹੀ ਸੱਚੇ ਗੱਲ ਮੂੰਹ ਤੇ ਕਦੇ ਤਾਈਆਂ ਨਗਲੇ ਕੋੜੇ ਆ ਤਾਈਆਂ ਨਗਲੇ ਕੋੜੇ ਜੀ ਆਪਾਂ ਇਹਨਾਂ ਦੇ ਨਾ ਬਾਪੂ ਜੀ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਨੇ ਜਿਹੜੇ ਇਹਨਾਂ ਨੂੰ ਉਠਾਉਂਦੇ ਨੇ ਇਹਨਾਂ ਨੂੰ ਜਿੱਥੇ ਵੀ ਇਹਨਾਂ ਨੇ ਜਾਣਾ ਹੁੰਦਾ ਪਾਣੀ ਰੋਟੀ ਤੇ ਇੱਥੇ ਆ ਜਾਂਦੀ ਹੈ ਬਾਥਰੂਮ ਜਾਣਾ ਹੁੰਦਾ ਉਸ ਵਸਤੇ ਇਹਨਾਂ ਦੀ ਪੂਰੀ ਸੇਵਾ ਕਰਦੇ ਨੇ ਆਪਾਂ ਇਹਨਾਂ ਦੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਜਾਣਦੇ ਕਿ ਇਸ ਤਰ੍ਹਾਂ ਕੀ ਕੀ ਦਿੱਕਤਾਂ ਆndੀਆਂ ਸੀਗੀਆਂ ਤੇ ਹੁਣ ਕਿਸ ਤਰ੍ਹਾਂ ਬੱਚੇ ਦਾ ਜਿਹੜਾ ਬੱਚਾ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕਰ ਰਿਹਾ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਬਾਪੂ ਜੀ ਜਾਣਨਾ ਚਾਹਾਂਗੇ ਕਿ ਬਿਮਾਰੀ ਹੋਈ ਸੀਗੀ ਤੇ ਕਿਸ ਤਰ੍ਹਾਂ ਤੋਂ ਇਹ ਸੰਭਾਲੋ ਕਿੰਨੀਆਂ ਦਿੱਕਤਾਂ ਆਉਂਦੀਆਂ ਨੇ ਹਾਂਜੀ ਪਹਿਲਾਂ ਤਾਂ ਸਭ ਤੋਂ ਇਹ ਗ੍ਰੇਡ ਪੰਜਾਬ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਬੱਚੇ ਦੀ ਸੁਣ ਕੇ ਕੋਈ ਵੀਡੀਓ ਜਾਂ ਉਹਦੇ ਬਾਰੇ ਆਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਬੱਚਾ ਜਿਹੜਾ ਇਹ ਬਹੁਤ ਨਾਰਮਲ ਬੱਚਾ ਸੀ ਮਸਲਿਆਂ ਡਾਕਟਰਾਂ ਨੇ ਤੇ ਜਵਾਬ ਦਿੱਤਾ ਕਿ ਇਹ বাজ ਨਹੀਂ ਸਕਦਾ ਫਿਰ ਇਹ ਹੀ ਕਰ ਲਿਆ ਕਿ ਛੋਟਾ ਮੋਟਾ ਕਰਦੇ ਰ ਆਪਣੀ ਸੇਵਾ ਕਰਦੇ ਰ ਫਿਰ ਜਿੱਥੇ ਕਿਸ ਨੇ ਦੱਸਣਾ ਉੱਥੇ ਲੈ ਜਾਣਾ ਦਵਾਈ ਦਿਵਾਉਣੀ ਸਿਰ ਦੇ ਵਿੱਚ ਪਾਣੀ ਭਰਿਆ ਹੀ ਹੱਡੀ ਐ ਨਹੀਂ ਅਮਰਸਰੋਂ ਇਹਦਾ ਹਾਂਜੀ ਅਮਰਸਰ ਤੋਂ ਇਹਦਾ ਇਲਾਜ ਕਰਾਇਆ ਉੱਥੇ ਪਾਣੀ ਸੁੱਕਿਆ ਤੇ ਸਿਰ ਚ ਢਡੀਆਂ ਬਣੀਆਂ ਅੱਛਾ ਇਦਾਂ ਬੜੀ ਦਿੱਕਤਾਂ ਦੇ ਨਾਲ ਮਤਲਬ ਬਚਾਇਆ ਇਹਨੂੰ ਤੇ ਇਹ ਕਰਕੇ ਇਦਾਂ ਮਤਲਬ ਸਵੇ ਸਰੀਰ ਵਧਿਆ ਨਹੀਂ ਗਾ ਸਰੀਰ ਮਤਲਬ ਇੱਥੇ ਖਲੋ ਗਿਆ ਉਹਨਾਂ ਮਤਲਬ ਡਾਕਟਰ ਦਿੰਦੇ ਇਹ ਦਾਵੀ ਦੇਣੀ ਆ ਬਜਣਾ ਨਹੀਂ ਗਾ ਇਹਨੂੰ ਤੁਸੀਂ ਲੈ ਜਾਓ ਕੋਈ ਹੱਥ ਨਹੀਂ ਪਾਉਂਦਾ ਮਜ਼ਬੂਲੇ ਨੂੰ ਤੇ ਇਹਦਾ ਸੇਵਾ ਕਰਦੇ ਰਹੇ ਆ ਤੇ ਚਲੋ ਇਹਦੇ ਵਿਚਾਰੀ ਟਾਈਮ ਤੇ ਬਾਕੀ ਇਹਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਬੜਾ ਸੀ ਇਹ ਪਹਿਲਾਂ ਗਾਣਾ ਤੁੰਬੀ ਦੇ ਨਾਲ ਗਾਣਾ ਜਦੋਂ ਤੁੰਬੀਆ ਨਹੀਂ ਵਜਾਉਂਦੇ ਉਹਨਾਂ ਦਾ ਗਾਣਾ ਬੋਲਦਾਂ ਦਾ ਤੂੰ ਵੀ ਵੀ ਆਪ ਵਜਾਉਣਾ ਦਾ ਹੀ ਹਾਂ ਫਿਰ ਕੋਈ ਨਾ ਗਾਣੇ ਦੀ ਉਹ ਸੋਰਣੀ বাজਦੀ ਹੱਥ ਕਮਜ਼ੋਰੀ ਤੋਂ ਮਤਲਬ ਬਣਦੀ ਨਹੀਂ ਗੱਲ ਮੈਂ ਮੈਂ ਆਖਿਆ ਮੈਂ ਕਿਹਾ ਪੁੱਤ ਜੇ ਤੂੰ ਮਤਲਬ ਕਰ ਲੈ ਤੂੰ ਸ਼ੇਰ ਵੀ ਕਿੱਡੇ ਵਧੀਆ ਬੋਲਦਾ ਤੂੰ ਸ਼ੇਰ ਸ਼ੇਰੀਆਂ ਬੋਲਣ ਨਾਲੇ ਹਲਕਾ ਕੰਮ ਆ ਹਾਂ ਇਹ ਉਹਨੂੰ ਤੇ ਸ਼ੇਰਾਂ ਬੋਲਣ ਚੱਲ ਚੱਲੂਗਾ ਤੇ ਬਾਪੂ ਜੀ ਜਿੱਦਾਂ ਪਹਿਲਾਂ ਤੇ ਦਿੱਕਤਾਂ ਆਂਦੀਆਂ ਹੀ ਨੇ ਤੇ ਹੁਣ ਜਦੋਂ ਇਹ ਬੱਚਾ ਤੁਹਾਡਾ ਨਾਮ ਰੌਸ਼ਨ ਕਰ ਰਿਹਾ ਪੂਰੇ ਪੰਜਾਬ 'ਚ ਪੂਰੇ ਦੇਸ਼ 'ਚ ਸਾਡਾ ਨਾਮ ਇਹਦਾ ਬੱਚੇ ਦਾ ਰੌਸ਼ਨ ਤੇ ਤੁਹਾਡਾ ਵੀ ਨਾਮ ਰੌਸ਼ਨ ਕਿੰਨੀ ਖੁਸ਼ੀ ਲੱਗਦੀ ਖੁਸ਼ੀ ਹੁੰਦੀ ਆ ਜੀ ਇਹ ਕਿਹੋ ਜਿਹਾ ਬੱਚਾ ਨਾਮ ਐ ਐਡਾ ਰੌਸ਼ਨ ਕਰਨ ਲਿਆ ਪੰਜਾਬ 'ਚ ਬਾਹਰਲੇ ਦੇਸ਼ਾਂ ਤੱਕ ਜਾਂਦੀਆਂ ਵੀਡੀਓ ਬਹੁਤ ਖੁਸ਼ੀ ਹੱਦ ਤੋਂ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਹੋਰ ਤੁਸੀਂ ਦੱਸੋਗੇ ਇਹਨੂੰ ਮਤਲਬ ਕਿਸ ਤਰ੍ਹਾਂ ਤੁਸੀਂ ਆ ਆਪਾ ਵੇਖ ਸਕਦੇ ਹੋ ਦਰਸ਼ਕੋ ਇੱਕ ਨਾ ਕਾਰ ਚ ਛੋਟੀ ਜੀ ਕਾਰ ਚ ਤੁਸੀਂ ਆਪ ਇਹਨੂੰ ਚੱਕ ਕੇ ਹਰ ਜਗ੍ਹਾ ਹਾਂਜੀ ਹਾਂਜੀ ਇਹਨੂੰ ਮੈਂ ਚੱਕ ਕੇ ਬਾਹਰ ਦੇਣਾ ਵਿੱਚ ਇਹਨੇ ਜਾ ਕੇ ਆਪੇ ਘੁੰਮ ਘਮ ਕੇ ਆ ਜਣਾ ਵਿੱਚ ਉਹ ਹੋਲੀ ਜੀ ਮੈਂ ਕੱਢ ਲੈਣਾ ਇਹਨੂੰ ਹਾਂ ਤੇ ਜਿੱਦਾਂ ਆਪਾਂ ਸੁਣਿਆ ਕਿ ਇਹ ਜਦੋਂ ਆਪਾਂ ਇਹਨੂੰ ਚੱਕਦੇ ਆ ਇਹ ਚੱਕਦੇ ਆ ਤੇ ਇਹਦੀਆਂ ਹੱਡੀਆਂ ਜਿਹੜੀਆਂ ਟੁੱਟ ਜਾਂਦੀਆਂ ਨੇ ਕਿ ਇਹ ਇਹ ਸੱਚ ਹੈ ਤੇ ਤੁਹਾਡੇ ਚੱਕਣ ਤੇ ਕੀ ਘਰ ਦੇਆਂ ਚੱਕਣ ਤੇ ਤੇ ਤੁਹਾਡੇ ਚੱਕਣ ਚ ਕੀ ਫਰਕ ਹੈ ਮਤਲਬ ਕਿਸ ਤਰ੍ਹਾਂ ਹਾਂਜੀ ਮੈਂ ਸ਼ੁਰੂ ਤੋਂ ਨੂੰ ਨਿਗੇ ਜੇ ਤੋਂ ਹੀ ਮੈਂ ਮਸਲ ਨੌਕਰੀ ਛੱਡ ਕੇ ਇਹਨੂੰ ਹੀ ਸੰਭਾਲਣ ਡਿਆ ਜੀ ਨੌਕਰੀ ਛੱਡੀ ਹਾਂਜੀ ਹਾਂਜੀ ਮੈਂ ਨੌਕਰੀ ਟਰੱਕ ਚਲਾਉਂਦਾ ਸੀ ਬੰਬੇ ਮੈਂ ਛੱਡ ਕੇ ਉਦੋਂ ਤੋਂ ਘਰ ਬੈਠਾ ਇਹਦਾ ਕਰਕੇ ਹਾਂਜੀ ਤੇ ਇਹਨੂੰ ਉਦੋਂ ਤੋਂ ਮੈਂ ਹੀ ਚੁੱਕਦਾ ਹਾਂ ਘਰ ਦਾ ਕੋਈ ਜੀ ਨਹੀਂ ਇਹਨੂੰ ਮਤਲਬ ਚੁੱਕਦਾ ਫੇ ਡਰਦਾ ਵੀ ਕਿਦੋਂ ਇਧਰ ਉਧਰ ਮਲ ਹੱਡੀ ਨਾਲ ਤੇ ਇਹ ਛੋਟੀ ਜੀ ਜਿਹੜੀ ਕਾਰ ਸਾਡੇ ਸਾਹਮਣੇ ਲੱਗੀ ਹੋਈ ਹੈ ਇਸ ਚ ਹੀ ਘੁੰਮਦਾ ਹਾਂਜੀ ਇਹਦੇ ਜੀ ਘੁੰਮਦਾ ਵਾ ਤੇ ਥੋੜਾ ਦਿਖਾਓਗੇ ਕਿਸ ਤਰ੍ਹਾਂ ਤੇ ਘੁੰਮਣ ਜਾਂਦੇ ਨੇ ਹਾਂਜੀ ਹਾਂਜੀ ਬਾਹ ਕੇ ਵਿਖਾ ਦਿੰਦੇ ਹਸੇ ਜੇ ਨਾ ਹਾਂਜੀ 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 ਤੇ ਫੇਰ ਮਤਲਬ ਤੇ ਪੈਰ ਜਿਹੜਾ ਹੈ ਨਾ ਪੈਰ ਦਾ ਹੈਗਾ ਨਾ ਤੋ ਕਰਦਾ ਪੈਰ ਜੀ ਦਰਸ਼ਕੋ ਤੁਹਾਨੂੰ ਵਿਖਾ ਦਈਏ ਉਹ ਛੋਟੀ ਜੀ ਗਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਇਸ ਦੇ ਵਿੱਚ ਇਹ ਬੱਚਾ ਜਿਹੜਾ ਬੈਠ ਜਾਂਦਾ ਇਹਨਾਂ ਦੇ ਬਾਪੂ ਜੀ ਵੱਲੋਂ ਇਹਨੂੰ ਪੂਰੀ ਮਤਲਬ ਉਹਦੇ ਵਿੱਚ ਬਿਠਾਇਆ ਜਾਂਦਾ ਸਪੋਰਟ ਕੀਤੀ ਗਈ ਹੈ ਵੇਖੋ ਤੁਸੀਂ ਬਾਪੂ ਜੀ ਨੇ ਇਹਨਾਂ ਨੂੰ ਕਿੰਨੀ ਦੀ ਸਪੋਰਟ ਕੀਤੀ ਹੈ ਆਪਣੀ ਨੌਕਰੀ ਛੱਡ ਕੇ ਅੱਜ ਇਹ ਇਸ ਬੱਚੇ ਲਈ ਆਪਣੇ ਆਪਣਾ ਪੂਰਾ ਜੀਵਨ ਕਾਰ ਰਿਨੇਦਾਨ ਤੇ ਬੱਚੇ ਦਾ ਅੰਦਰ ਵੀ ਬਹੁਤ ਜ਼ਿਆਦਾ ਜੋਸ਼ ਹੈ ਜਨੂਨ ਹੈ ਕੁਝ ਕਰ ਦਿਖਾਉਣ ਦਾ ਤੇ ਆਪਣੇ ਇਹ ਬੱਚਾ ਜਿਹੜਾ ਆਪਣੇ ਪੇਰੈਂਟਸ ਦਾ ਆਪਣੇ ਘਰਦਿਆਂ ਦਾ ਜਿਹੜਾ ਪੂਰਾ ਨਾਮ ਰੋਸ਼ਨ ਕਰ ਰਿਹਾ ਇਹ ਛੋਟੀ ਜੀ ਕਾਰ ਵਿੱਚ ਇਹ ਬੈਠ ਜਾਂਦਾ ਬੱਚਾ ਤੇ ਪੂਰੇ ਜਿਹੜਾ ਪਿੰਡ ਦੀ ਸੈਰ ਕਰਦਾ ਕਿੰਨੀ ਮਤਲਬ ਅਨੋਖੀ ਗੱਲ ਹੈ ਇਹ ਬੱਚੇ ਦੇ ਅੰਦਰ ਕਿੰਨਾ ਜੋਸ਼ ਹੈਗਾ ਟੈਲੈਂਟ ਹੈਗਾ ਪਰ ਜਿਹੜੀ ਸਰੀਰ ਦੀ ਬਿਮਾਰੀ ਕਾਰਨ ਇਹ ਉਠ ਨਹੀਂ ਸਕਦਾ ਖਲੋ ਨਹੀਂ ਸਕਦਾ ਪਰ ਪੰਜਾਬ ਦਾ ਨਾਮ ਇਸਨੇ ਦੁਨੀਆ ਭਰ ਵਿੱਚ ਮਸ਼ਹੂਰ ਕਰਤਾ ਸੋ ਅਪਾ ਇਸ ਵਕ 16 ਸਾਲ ਦੇ ਬੱਚੇ ਨਾਲ ਗੱਲ ਕੀਤੀ ਜਿਸ ਦਾ ਨਾਮ ਹਰਗੋਪਾਲ ਸਿੰਘ ਹੈ ਤੇ ਇਸ ਦੇ ਪਿਆਰੀਆਂ ਪਿਆਰੀਆਂ ਗੱਲਾਂ ਸੁਣ ਕੇ ਤੁਸੀਂ ਜ਼ਰੂਰ ਮੋਹਿਤ ਹੋਏ ਹੋਵੋਗੇ ਤੇ ਜ਼ਰੂਰ ਅਪਾ ਇਹਨਾਂ ਦੇ ਜਿਹੜੀ ਹੈ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਸ ਬੱਚੇ ਨੂੰ ਇਹਨਾਂ ਨੇ ਸੰਭਾਲਿਆ ਕਿਸ ਤਰ੍ਹਾਂ ਅੱਜ ਖੁਸ਼ੀ ਹੋ ਰਹੀ ਹੈ ਜੀ ਮਾਤਾ ਜੀ ਸੱਚੀ ਕਾਲ ਬਹੁਤ ਬਹੁਤ ਸਵਾਗਤ ਹੈ ਬੜੀ ਬੇੜੀ ਖੁਸ਼ੀ ਆ ਸਾਨੂੰ ਜੋ ਜੋ ਇਹਨਾਂ ਦੇ ਦਾਦੇ ਨੇ ਗੱਲਾਂ ਕੀਤੀਆਂ ਤੇ ਇਹਨਾਂ ਨੇ ਕੀਤੇ ਬਿਲਕੁਲ ਸਹੀ ਆ ਬਿਲਕੁਲ ਸਹੀ ਹਾਂਜੀ ਉੱਦਾਂ ਉੱਦਾਂ ਹੀ ਹੋਈ ਆ ਸਾਨੂੰ ਇਹ ਕੰਮ ਕਰਨ ਦੇ ਸਾਨੂੰ ਬਹੁਤ ਹੀ ਜ਼ਿਆਦਾ ਚਾਹ ਆ ਤੁਹਾਡਾ ਬੇਟਾ ਚਲੂ ਇਹ ਕੰਮ ਦੇ ਵਿੱਚ ਪਿਆ ਤੇ ਉਹ ਮਾਲਕ ਨੇ ਇਹਨੂੰ ਵੀ ਬੁੱਧ ਪਾਈ ਆ ਜੇ ਚਲੋ ਲੱਤਾਂ ਤੋਂ ਇਤਰਾ ਸੀ ਤੇ ਹਾਂਜੀ ਲੱਤਾਂ ਤੋਂ ਅਪਾਹੇਜ ਹੋਣ ਦੇ ਬਾਵਜੂਦ ਵੀ ਪਰ ਇਹਦੇ ਅੰਦਰ ਮੈਂ ਸੱਚੀ ਚ ਕਹਾਂਗੀ ਜਿਹੜੇ ਇਹਦੇ ਅੰਦਰ ਜੋਸ਼ ਹੈਗਾ ਨਾ ਉਹ ਕਿਤੇ ਨਾ ਕਿਤੇ ਜਿਹੜਿਆਂ ਦੀ ਬਹੁਤ ਕਾਬਿਲਤੀ ਹੈਗੀ ਆ ਜਿਹੜੀ ਇਹਨੇ ਅੰਦਰ ਪਾਈ ਇਹ ਲੱਗਦਾ ਤਾਂ ਨਹੀਂ ਚੱਲ ਸਕਦਾ ਪਰ ਇਹਦੇ ਅੰਦਰ ਜਿਹੜੀ ਸ਼ਾਇਰੀ ਲਿਖਣ ਦੀ ਤੇ ਗੀਤ ਗਾਉਣ ਦੀ ਤਾਂ ਉਹਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਮਤਲਬ ਬੈਠਾ ਬੈਠਾ ਤਾਂ ਕੋਈ ਆਪਣੀ ਬਚਪਨ ਦੀ ਗੱਲ ਸੁਣਾਓ ਕਿਸ ਤਰ੍ਹਾਂ ਤੁਹਾਨੂੰ ਮਤਲਬ ਪਿਆਰ ਜਿਹਾ ਇਹ ਬੇੜਾ ਪਹਿਲਾਂ ਸ਼ੁਰੂ ਤੋਂ ਉਤਰਾ ਇਸ ਤਰ੍ਹਾਂ ਵਾ ਤੇ ਹੁਣ ਜਦੋਂ ਇਹ ਲੱਗਾ ਹੁਣ ਤੁਹਾਨੂੰ ਬੜਾ ਪਿਆਰਾ ਲੱਗਦਾ ਵਾ ਵੀ ਕੰਮ ਛੱਡ ਕੇ ਵੀ ਤੇ ਲਾਗੇ ਪਈਦਾ ਇਹਦੀ ਸੁਣੀਂਦੇ ਬੜੇ ਪਿਆਰ ਦੇ ਨਾਲ ਵੀ ਚਲੋ ਜੇ ਲੱਤਾਂ ਤੋਂ ਪਰਮਾਤਮਾ ਨੇ ਇਦਾਂ ਕੀਤਾ ਸੀ ਤੇ ਪਰਮਾਤਮਾ ਇਹਦੇ ਹਿਰਦੇ ਵਸਿਆ ਤੇ ਇਹਨੂੰ ਇਹ ਗੱਲਾਂ ਯਾਦ ਆਈਆਂ ਇਹ ਸ਼ੈਨੀਆਂ ਬਣਾਉਂਦੇ ਆ ਨੀਤੀ ਦਾ ਬੱਚਾ ਕੋਈ ਘਰ ਨਹੀਂ ਸਕਦਾ ਇਹਨਾਂ ਜਿੰਨਾ ਇਹਨੇ ਸਾਨੂੰ ਜਿੱਥੋਂ ਤੱਕ ਇਹਨੇ ਪਛਾਤਾ ਸਾਡਾ ਨਾਮ ਆਰੋਚਨ ਕੀਤਾ ਮਤਲਬ ਸਾਰੇ ਪਰਿਵਾਰ ਦਾ ਉਹ ਇਹਦਾ ਪਾਪਾ ਆ ਇਹਦੀ ਮੰਮੀ ਗਈ ਸਕੂਲ ਉਹ ਇਹਦੀ ਚਾਚੀ ਇਹਦੇ ਚਾਚਾ ਜੀ ਆਪੀ ਗੱਡੀ ਤੇ ਆ ਤੇ ਅਹੀਂ ਦਾਦੀ ਤੇ ਦਾਦਾਵਾ ਤੇ ਆ ਦੋ ਵੀਰ ਆ ਵੀ ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਆ ਕਿ ਚਲੋ ਇਸ ਤਰ੍ਹਾਂ ਇਹ ਕਰਨ ਦਿਆ ਤੇ ਮਤਲਬ ਆਪਣੇ ਹਾਂਜੀ ਤੁਹਾਡਾ ਨਾਮ ਮੇ ਰੋਸ਼ਨ ਕਰ ਰਿਹਾ ਹਾਂ ਜੀ ਤੇ ਬੜਾ ਇਹੋ ਜਰਾ ਕ ਦੁੱਖਵਾ ਮੇਰੇ ਹਿਰਦੇ ਤੇ ਵੀ ਸਾਡੇ ਜਿੰਦਿਆਂ ਜਿੰਦਿਆਂ ਤੁਰ ਪੈਂਦਾ ਤੇ ਪਤਾ ਨਹੀਂ ਇਦਾਂ ਮੰਨ ਕੇ ਦੁਖੀ ਜਾ ਜਾਂਦਾ ਅੱਗੇ ਵੀ ਆਏ ਇਸ ਤਰ੍ਹਾਂ ਵੀ ਤੇ ਉਦੋਂ ਵੀ ਇਸ ਤਰ੍ਹਾਂ ਹੀ ਪੀ ਮੈਂ ਬੜਾ ਮਨ ਬੰਨਿਆ ਸੀ ਇਹ ਚੀਜ਼ ਮੱਸੇ ਇਹ ਤੌਰ ਪੈਂਦਾ ਸਾਡੇ ਜਿੰਦੇ ਆ ਜਿੰਦੇ ਆ ਤੇ ਚਲੋ ਫੇਰ ਵੀ ਤੁਹਾਨੂੰ ਪਤਾ ਕਿੰਨਾ ਦਾ ਪਰਿਵਾਰ ਦੇ ਵਿੱਚ ਇਹ ਤਾਂ ਹੁਣ ਇੱਕ ਜਾਏ ਮੰਜੀ ਤੇ ਬੈਠਾ ਰਿੰਦਾ ਤੇ ਆਪਾਂ ਇਹਨੂੰ ਇੱਧਰ ਉੱਧਰ ਕਰਦੇ ਆਂ ਦਾਦਾ ਜੀ ਜਾਦਾ ਕਰਦੇ ਗੱਡੀ ਛੱਡ ਕੇ ਘਰ ਬੈਠੇ ਆ ਪੀ ਪਾਪਾ ਇਹਦੇ ਵੀ ਕੰਮ ਕਰਦੇ ਚਾਚਾ ਵੀ ਤੁਹਾਨੂੰ ਪਤਾ ਘਰ ਬੈਠੇ ਆ ਸਰਦਾ ਮੈਂ ਤਾਂ ਸਿਰਫ ਇੱਕ ਕੱਪੜਾ ਧੋਣੀ ਆ ਤੇ ਰੋਟੀ ਬਕਾ ਕੇ ਦੇਣੀ ਬਾਕੀ ਸਾਰਾ ਉਹ ਸਾੰਬ ਦੇ ਸੂਤ ਦੇ ਇਹਨੂੰ ਇਹ ਤੇ ਉ ਤਾਂ 2 ਮਹੀਨੇ ਘਟੇ 17 ਵਰਿਆਂ ਦਾ ਸੁੱਖ ਨਾ ਤੇ ਚਲੋ 16 ਚ 17 ਚ ਕਿਹੜਾ ਫਰਕ ਵਾ ਤੇ ਹਾਂਜੀ ਤਾਡੀ ਸੋਚ ਨੂੰ ਵੀ ਸਲਾਮ ਤੁਸੀਂ ਆਪਣਾ ਕੰਮ ਛੱਡ ਕੇ ਆਪਣਾ ਟਰੈਕਟਰ ਦਾ ਕੰਮ ਛੱਡ ਕੇ ਜਿਹੜਾ ਇਸ ਬੱਚੇ ਨੂੰ ਸੰਭਾਲ ਰਹੇ ਹੋ ਇਸ ਬੱਚੇ ਦੀ ਪਰਵਰਿਸ਼ ਕਰ ਰਹੇ ਹੋ ਆਪ ਵੀ ਤੁਹਾਡੇ ਵੀ ਘਰ ਆਇਆ ਤਾਂ ਸਾਨੂੰ ਬਹੁਤ-ਬਹੁਤ ਸ਼ੁਕਰਾਨਾ ਹੈ ਜੀ ਸਾਡੇ ਵੱਲੋਂ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਵੇਂ ਦੇ ਬੇਟੇ ਤੂੰ ਵੀ ਮੇਰੀ ਬੇਟੀ ਉਤਰਾਂ ਦੀ ਸਾਰੇ ਵੀਰ ਭੈਣ ਭਰਾ ਮੇਰੀ ਤਰ੍ਹਾਂ ਦੇ ਹੀ ਹੈ ਜੀ ਦਰਸ਼ਕੋ ਤੁਸੀਂ ਵੀ ਜ਼ਰੂਰ ਇਹਨਾਂ ਨੂੰ ਸਪੋਰਟ ਕਰੋ ਇਹ ਹੀ ਕਹਿਣਾ ਚਾਹਾਂਗੀ ਜਿਹੜੇ ਤੁਹਾਡਾ ਪਿੰਡ ਦਾ ਕੀ ਪਿੰਦਾ ਆ ਮੈਂ ਤੇ ਲੱਗੇ ਚੁੰਗ ਚ ਮੈਂ ਤੇ ਲੱਗੇ ਚੁੰਗ ਚ ਜਰੂਰ ਇਹਨਾਂ ਨੂੰ ਸਪੋਰਟ ਕਰਨ ਆਓ ਜਰੂਰ ਇਹਨਾਂ ਦੀ ਇੱਕ ਨਾ ਇੱਕ ਤੁਸੀਂ ਮਦਦ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਹੈ ਪਰਿਵਾਰਿਕ ਜਿਹੜੀ ਸਥਿਤੀ ਇੰਨੀ ਚੰਗੀ ਨਹੀਂ ਹੈ ਪਰ ਫਿਰ ਵੀ ਉਹ ਜਿਹੜੇ ਨੇ ਇਸ ਬੱਚੇ ਨੂੰ ਸੰਭਾਲ ਰਹੇ ਨੇ ਇਸ ਵਿੱਚ ਜਿੰਨਾ ਹੁਨਰ ਆਪਾਂ ਵੇਖਿਆ ਇਸ ਬੱਚੇ ਦਾ ਹੁਨਰ ਬਹੁਤ ਜ਼ਿਆਦਾ ਹੈ ਤੁਸੀਂ ਵੀ ਜਰੂਰ ਆ ਕੇ ਸਪੋਰਟ ਕਰੋ ਇਸ ਦੇ ਨਾਲ ਹੀ ਕੈਮਰਾਮੈਨ ਅਰਸ਼ਦੀਪ ਦੇ ਨਾਲ ਮੈਂ ਸੁਨੀਆ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ